बापू अजे तक बिस्तरा नहीं छड्या उपर दस बजन डे आ कोई काम धंधा कर लेना कि धुंद पई आ काका मैं चल जाना काम ते काम ते जाना वा लोहड़ी आउंदी आ ते कोई घर विच परौणा कराना ही आ जांदा पैसे पूहे चाहिदे हुंदे आ ओ ए ते मैनूं वी पता वी परौणे आउणे आ हुण मैं काम ते जाऊंगा जे ते मैनूं कोई पैसा दे दूगा मैं लै आऊंगा बापू आप मंगणे पैंदे हुंदे आ उहनां नूं घट तों घट क्या कर 300 350 रुपया दिहाड़ी लाउणा तूं वी मैं तो लै आऊं ना 400-500 तू तो लैके 50-60 रुपए आऊं ना हां हां बीजी नु कल्या करना मगर बीबी नु भी जा तो पैसे लेके आऊं बीजी इथे काम कर दे नाल जाया करो ए नाल ही जाया करो हुन एदा ही काम करो ओ तुसीं एदा ही करियो हुन मैं जाना वा काम ते ते फिर जे मैनूं ना देणगे ते मैं फिर बीबी नु आके दस दूंगा नहीं बीबी नाल जाऊगी बीबी तुम काम ते लवा के आऊगी ते सामान बीबी आपे पैसे लै आऊगी तुसीं काम करके आयो चलो ठीक आ जिथे काम मिलया करू बीबी मैं तुहानूं नाल लै जाया करूंगा बीबी मैं चलिया मेरा टाइम हो गया वा ते इन्हां नूं भी भेज दो काम वास्ते कोई नहीं भेज देने तुझे मैं भी आ लीड़े धोणा ते मैं भी जाना उहनां दा घर ना मुड़ के प्रॉब्लम लैणा वा ते चलो ठीक है मैं चलिया अजे चलो ठीक है बीबी जी मैं भी जाना वा फिर जाओ फिर ना दे फिर मैं जाऊं ते कोई नहीं ना देने के मैं तुहानूं दस दूंगा आके तुसीं आपे लै आया करियो चल फिर मैं आऊंगी चंगा चल आ जाओ चलो तक पैसे मंगदा ते पैसे दो चलो ठीक है मैं चलिया जी फिर जल्दी रियाई ने भी लियायो सारा दिन काम नू ला दें सामा नू 20 रुपये फड़ा दें ਕਦੀ 50 ਹੁੰਦੇ ਕਦੀ 20 ਤੇ ਜਾਓ ਕਰਨ ਨੂੰ ਆ ਜਾਂਦੇ ਚੁੱਪ ਕਰਕੇ ਆਪ ਜਾਇਓ ਜਾ ਕੇ ਜਾਂਦਾ ਆਹੋ ਹਰਮਨ ਆਈ ਨਹੀਂ ਆਂਟੀ ਤੇਰੀ ਆਂਟੀ ਜੀ ਹਾਂ ਉਹਨਾਂ ਦਾ ਰੋਜ਼ ਦਾ ਕੰਮ ਹਟਾ ਰਹੀ ਨਹੀਂ ਰੇ ਕੀ ਕਰੀਏ ਮੇਰਾ ਤਰਾਦਾ ਹੋਰ ਕੋਈ ਵੇਖ ਲਈਏ ਰੋਜ਼ 10,000 ਜਾ ਦਿੰਦੀ ਇਦਾਂ ਥੋੜੀ ਹੁੰਦਾ ਸਵੇਰੇ ਸਵੇਰੇ ਜਿਹੜਾ ਕੰਮ ਕਰਨਾ ਵੇਖ ਲਓ ਨਹੀਂ ਹੋਰ ਕੀ ਵੇਖ ਲਓ ਉਹਨਾਂ ਦਾ ਰੋਜ਼ ਦਾ ਹੀ ਕੰਮ ਵੇਖਦੀ ਆ ਅੱਜ ਆਉਂਦੀ ਆ ਤੇ ਕੀ ਕਹਿੰਦੀ ਹੈ कपड़े कुपड़े धो के हड़ी मशीन कपड़े सुखा लेने फिर सुखने पौने होंगे चलो करो काम फिर ਹਰਮਨ ਕੀ ਕਰੀਏ ਤਰਸ ਵੀ ਆ ਜਾਂਦਾ ਵਾ ਹਟਾਈਏ ਕਿ ਰਹਿਣ ਦਈਏ ਵੇਖ ਲੋ ਢਾਡੀ ਮਰਜ਼ੀ ਜਿੱਦਾਂ ਸੌਲ ਵੀ ਵਿਚਾਰੀ ਨੇ ਪਾਟਾ ਲਿਆ ਵਾ ਮੈਂ ਤਾਂ ਕਿਹਨੇ ਲੱਗੇ ਰਹਿਣ ਦੀ ਵਿਚਾਰੀ ਨੂੰ ਹਨਾ ਕੋਈ ਨਹੀਂ ਰਹਿਣ ਦੋ ਲੱਗੇ ਰਹਿਣ ਦੋ ਨਾਲ ਕੁੜੀ ਨੂੰ ਵੀ ਲਈ ਫਿਰਦੀ ਆ ਕੋਈ ਨਹੀਂ ਕੰਮ ਥੋੜਾ ਲੇਟ ਹੋ ਜੂਗਾ ਆਹੋ ਚਲ ਕੋਈ ਨਹੀਂ ਫਿਰ ਕੀ 10-11 ਵਜੇ ਵੀ ਆਣ ਕੇ ਕਰ ਦੋਗੀ ਤਾਂ ਕੋਈ ਗੱਲ ਨਹੀਂ ਹਨਾ ਕੋਈ ਨਹੀਂ ਰਹਿਣ ਦੇ ਬੀਬੀ ਜੀ ਬੈਠੇ ਹੀ ਬੈਠੇ ਬੈਠੇ ਆ ਗਿਆ ਪੁੱਤ ਹਾਂਜੀ ਆ ਗਿਆ ਬੀਬੀ ਪੈਸਾ ਪੂਰਾ ਲਿਆਂਦਾ ਕੋਈ ਆ ਬੀਬੀ ਦਿੱਤੇ ਪੈਸੇ ਉਹਨਾਂ ਦੇ ਥੋੜੇ ਜੇ
ਥੋੜੇ ਜੇ ਕਿੰਨੇ ਕ ਉਹ ਦਿਹਾੜੀ ਅੱਧੀ ਲੱਗੀ ਉਹ ਮੇਰੀ ਗੱਲ ਸੁਣ ਅੱਧੀ ਦਿਹਾੜੀ ਲੱਗੀ ਆ ਤੇ ਇੰਨੀਆਂ ਪੈਸੇ ਨੂੰ ਕੀ ਕਰਨਾ ਵਾ ਕਰਦੀ ਆ ਜਾਂ ਤਖਾਣ ਵਾਲੀ ਆ ਭਰ ਕੇ ਦੇ ਉਹ ਦਿੱਤੇ ਮੈਨੂੰ ਕਹਿੰਦੇ ਬਾਕੀ ਸਵੇਰੇ ਦੇ ਦਾਂਗੇ ਸਵੇਰੇ ਕਿਉਂ ਦੇ ਦੇਣਗੇ ਉਹ ਕੰਮ ਤੇ ਅੱਜ ਕਰਾਇਆ ਤੇ ਸਵੇਰੇ ਕਿੱਦਾਂ ਦੇ ਦੇਣਗੇ ਬੀਬੀ ਇਦਾਂ ਹੀ ਕਰਦੇ ਲੋਕ ਮੈਨੂੰ ਕਹਿੰਦੇ ਚੱਲ ਸਵੇਰੇ ਦੇ ਦਾਂਗੇ ਮੁੜ ਕੇ ਦਿੰਦੇ ਹੀ ਨਹੀਂ ਚੱਲ ਮੈਂ ਤੇਰੇ ਨਾਲ ਚੱਲਾਂ ਕਿੱਦਾਂ ਨਹੀਂ ਪਤਾ ਉਹ ਪੈਸੇ ਦਿੰਦੇ ਚਲੋ ਚੱਲੀਏ ਫਿਰ ਆਓ ਆਹੋ ਇਹ ਥੋੜੀ ਗੱਲ ਮੈਂ ਰੋਜ਼ ਦਿਹਾੜੀ ਇਦਾਂ ਕਹਿ ਸਕਦੇ ਸਵੇਰੇ ਦੇ ਦਾਂਗੇ ਸਵੇਰੇ ਦੇ ਦਾਂਗੇ ਚੱਲ ਆਜੋ ਚੱਲੀਏ ਚੱਲ ਉਹਨਾਂ ਨੂੰ ਪੁੱਛ ਕੇ ਆਈਏ ਪਤਾ ਕਿਹੜੀ ਗੱਲਾਂ ਨਹੀਂ ਪੈਸੇ ਦਿੰਦੇ ਚੱਲ ਆਜੋ ਬੀਬੀ ਆਈਓ ਭਾਜੀ ਇਹਨਾਂ ਦੇ ਘਰ ਨੂੰ ਕੰਮ ਕਰਿਆ ਹਾਂਜੀ ਬੀਜੀ ਕੱਲ ਵੀ ਇਹਨੂੰ 30 ਰੁਪਏ ਦੇ ਕੇ ਘਲਾ ਦਿੱਤਾ ਤੇ ਅੱਜ ਫੇਰ ਇੰਨੇ ਕੁ ਪੈਸੇ ਦੇ ਕੇ ਘਲਾਤਾ ਇਹ ਕੀ ਕੰਮ ਹੋਇਆ ਤੁਹਾਡਾ ਤੂੰ ਬੀਜੀ ਮੰਗਦਾ ਇਹਨੇ ਜੋ ਹੈ ਸਿੱਧਾ ਵਾ ਤੁਹਾਨੂੰ ਪਤਾ ਤਾਂ ਹੈਗਾ ਵੀ ਇਹ ਸਿੱਧਾ ਵਾ ਤੇ ਦਿਹਾੜੀ ਤੇ ਉਹਨੇ ਪੂਰੀ ਦੇ ਦਿਆ ਕਰ ਪੂਰੀ ਨਹੀਂ ਦੇਣੀ ਹੁੰਦੀ 50 ਰੁਪਏ ਘੱਟ ਦੇ ਦਿਆ ਕਰ ਚਲੋ ਕੋਈ ਗੱਲ ਨਹੀਂ ਦੇਣੇ ਸ਼ਾਮਾਂ ਨੂੰ ਪੈਸੇ ਨੂੰ ਬੀਬੀ ਮੈਂ ਕੱਲ ਵੀ ਇਹਨਾਂ ਦੇ ਘਰ ਹੀ ਕੰਮ ਕਰਕੇ ਗਿਆ ਸੀ ਨਾ ਮੈਨੂੰ ਉਹਨਾਂ ਨੇ ਰੋਟੀ ਦਿੱਤੀ ਨਾ ਮੈਨੂੰ ਉਹਨਾਂ ਨੇ ਪਾਣੀ ਦਿੱਤਾ ਨਾ ਤੂੰ ਇਹਨੂੰ ਚਾਹ ਹੀ ਪਿਆਲਦੇ ਹੋ ਸਾਰਾ ਦਿਨ ਦੇ ਵਿੱਚ ਕੋਈ ਗੱਲ ਨਹੀਂ ਬੀਜੀ ਇਹਨੂੰ ਚਾਹ ਕੱਲ ਤੋਂ ਪਾਵਾਂਗੇ ਤੇ ਇਹਨੂੰ ਪੈਸੇ ਕੱਲ ਦੇਣੇ ਪੂਰੇ ਆਪਾਂ ਹਾਂ ਇਦਾਂ ਨਾ ਇਹਨਾਂ ਕਰਿਆ ਕਰਨ ਜੇ ਉਹ ਵਿਚਾਰਾ ਸਿੱਧਾ ਵਾ ਤੇ ਸਿੱਧੇ ਦੇ ਨਾਲ ਇਦਾਂ ਦੇ ਕੰਮ ਤੁਸੀਂ ਨਾ ਨਾ ਕਰਿਆ ਕਰੋ ਠੀਕ ਹੈ ਸਾਰੇ ਇਦਾਂ ਹੀ ਕਰਦੇ ਮੈਂ ਉਹਨਾਂ ਬੀਬੀ ਇਹ ਇਦਾਂ ਨਾ ਕਰਦਾ ਇਦਾਂ ਹੀ ਕਰਦੇ ਇਹਨੂੰ ਰੋਟੀ ਵੀ ਖਵਾ ਲਿਆ ਕਰੋ ਤੇ ਇਹਨੂੰ ਪੈਸੇ ਵੀ ਪੂਰੇ ਦਿਆ ਕਰੋ ਕੋਈ ਗੱਲ ਨਹੀਂ ਬੀਜੀ ਕੱਲ ਦੋਵਾਂਗੇ ਤੂੰ ਹਾਂ ਨਹੀਂ ਤੇ ਮੈਂ ਨਾਲ ਆਇਆ ਕਰਨਾ ਇਹਦੇ ਠੀਕ ਆ ਬੀਬੀ ਇਹ ਤੀ ਨਾਲ ਗਏ ਤੇ ਪੈਸੇ ਮਿਲ ਗਏ ਨੇ ਫੇਰ ਨਹੀਂ ਦੇਣੇ ਇਹਨਾਂ ਨੇ ਮੈਨੂੰ ਦੇਣੇ ਨਹੀਂ ਮੈਂ ਰੋਜ਼ ਤਾਂ ਇਦਾਂ ਜਾਇਆ ਕਰੂੰ ਪੁੱਛਣ ਨਾ ਦਿਆ ਆ ਇਹਨਾਂ ਨੇ ਨਹੀਂ ਦੇਣੇ ਨਾਲ ਸਹੀ ਮਿਲ ਗਏ ਮੈਨੂੰ ਪੈਸੇ ਮਿਲ ਗਏ ਆ ਥੋੜੀ ਗੱਲ ਬਾਤ ਇੰਨੀਆਂ ਪੈਸਾ ਕਿ ਜ਼ਿਆਦਾ ਹੁੰਦਾ ਵਾ ਸਾਰਾ ਦਿਨ ਨਹੀਂ ਹੁੰਦਾ ਬੀਬੀ ਜੀ ਨਹੀਂ ਹੁੰਦਾ ਜੀ ਇਹ ਥੋੜੀ ਗੱਲ ਬਾਤ ਇਹ ਸਿੱਧਾ ਹੀ ਕਰਕੇ ਇਦਾਂ ਕਰ ਦਿੰਦੇ ਆ ਨਹੀਂ ਨਾ ਤੁਸੀਂ ਮੈਂ ਇਦਾਂ ਕਰਿਆ ਕਰੋ ਮੈਂ ਕੰਮ ਕਰ ਰਿਹਾ ਕਰਨਾ ਤੁਸੀਂ ਜਾ ਕੇ ਆਪੇ ਪੈਸੇ ਲਾਇਆ ਕਰੋ ਚੱਲ ਇਦਾਂ ਹੀ ਕਰਿਆ ਹਾਂ ਠੀਕ ਜੀ ਹਾਂਜੀ ਹਾਂਜੀ ਮੈਨੂੰ ਤੇ ਸਦਾਈ ਬਣਾ ਛੱਡਦੇ ਲੋਕ ਇਦਾਂ ਹੀ ਆ ਗਏ ਤੁਸੀਂ ਚੱਲ ਉੱਤੇ ਲਿਆ ਕਰ ਤਾਏ ਵਾਲੇ ਵੇਖਿਆ ਕਰ ਇਹਦੇ ਨਾਲ ਦੁੱਧ ਦਿੱਤਾ ਈ ਬਾਪੂ ਨੇ ਲੈਣ ਦੇ ਪੈਸੇ ਅੱਜ ਲੈਣ ਵਧੀਆ ਹੋ ਗਿਆ ਵਾ ਤੇ ਬੀਜੀ ਲੋਹੜੀ ਆਉਣ ਵਾਲੀ ਆ ਤੇ ਕੁਝ ਖਰੀਦ ਖਰੂਦ ਲਈ ਹੁਣ ਚਲੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਮੈਨੂੰ ਵੀ ਸੌਂ ਦਿੱਤਾ ਵਾ ਸੌਂ ਤੇ ਰਹੀ ਨੇ ਨਵਾਂ ਮੈਂ ਹੋ ਲੰਦੂਗੀ ਲੋਹੜੀ ਤੇ ਟਾਈਮ ਸਿਰ ਚੱਲ ਜਿਆ ਕਰੋ ਕੰਮ ਤੇ ਹੋਰ ਚੀਜ਼ਾਂ ਦਿਆ ਕਰਨ ਕਿ ਸਾਨੂੰ ਫਿਰ ਦਿੱਤਾ ਨਾਲੇ ਹਾਂਜੀ ਮੈਂ ਹੁਣ ਆ ਸਵੇਰ ਦੀ ਚਾਹ ਨਹੀਂ ਬਣਾਈ ਤੇ ਹੁਣ ਚਾਹ ਬਣਾਉਂਦੇ ਆ ਨਾਲੇ ਪੀਂਦੇ ਸਭ ਜਾਣੇ ਬੀਜੀ ਮੈਂ ਚਾਹ ਬਣਾ ਲਾ ਕਰਮ ਸਿੰਘ ਕੀ ਹਾਲ ਆ ਠੀਕ ਠਾਕ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਲੇ ਪੈਸੇ ਲਓ ਠੀਕ ਆ ਨਾ ਐਕਾ ਤੈਨੂੰ ਪੂਰੇ ਪੈਸੇ ਦੇਤੇ ਹੀ ਹੋ ਠੀਕ ਆ ਜੀ ਤੇ ਹੁਣ ਨਾ ਮੈਂ ਤੁਹਾਨੂੰ ਕਿ ਲੈ ਕੇ ਆ ਸੀ ਨਹੀਂ ਭਾਜੀ ਲਿਆਉਂਦੇ ਕੋਈ ਗੱਲ ਨਹੀਂ ਠੀਕ ਆ ਨਾ ਠੀਕ ਆ ਭਾਜੀ ਅੱਜ ਕੰਮ ਧਿਆਨ ਨਾਲ ਕਰ ਲੈ ਫਿਰ ਹੁਣ ਚਲੋ ਠੀਕ ਹੈ ਆਂਟੀ ਆਂਟੀ ਜਲਦੀ ਆਇਓ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਜੇ ਆਂਟੀ ਜੀ ਕੀ ਹੋ ਗਿਆ ਦੀਦੀ ਅਜੀ ਉਠੋ ਜਾ ਪਾਣੀ ਲਿਆ ਪਾਣੀ ਲਿਆ ਬੁਖਾਰ ਵੀ ਤੇ ਮੈਂ ਮੁੜ ਕੇ ਇਹਨੂੰ ਕੱਲੀ ਨੂੰ ਭੇਜਿਆ ਨੀ ਮੈਂ ਆਪ ਨਾ ਲਾ ਗਈ ਚੱਲ ਕੋਈ ਗੱਲ ਵੀ ਪਰ ਮੈਂ ਸੋਚਦੀ ਕਿ ਗਰੀਬਾਂ ਬੰਦਿਆਂ ਦਾ ਨੀ ਕੋਈ ਹਾਲ ਵੀ ਹੈ ਤੁਹਾਨੂੰ ਨਾ ਤੁਹਾਡੇ ਮਾਂ ਪਿਓ ਨੇ ਸੋਚਿਆ ਨੀ ਰਿਸ਼ਤਾ ਕਰਨ ਲੱਗਿਆ ਨੇ ਕੀ ਕਰਨਾ ਫਿਰ ਸਿੱਧੇ ਬੰਦੇ ਦੇ ਲੜਦਾ ਕੇ ਤੁਹਾਡੀ ਵੀ ਜ਼ਿੰਦਗੀ ਖਰਾਬ ਕੀਤੀ ਹੈ ਚਲੋ ਕੋਈ ਨਹੀਂ ਕਰੋ ਰੈਸਟ ਵੀ ਰੈਸਟ ਕਰ ਲਓ ਕੋਈ ਨਹੀਂ ਹੁਣ ਹੌਸਲੇ ਨਾਲ ਚੱਲ ਜਿਓ ਘਰ ਠੀਕ ਹੈ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ ਵੀ ਰੈਸਟ ਕਰ ਲਓ ਇੱਥੇ ਮੰਮਾ
ਮੰਮੀ ਚਲੋ ਚੱਲੀਏ ਘਰ ਹੁਣ ਜਾ ਕੇ ਦਵਾਈ ਵੀ ਲਈਏ ਆਹੋ ਚਲੋ ਚੱਲੀਏ ਨਾਲੇ ਵੇਖੀਏ ਭਲਾਵਾ ਆਏਗਾ ਨਹੀਂ ਆਏ ਘਰ ਦੇ ਜੁੱਤੀ ਮਰੀ ਕਿੱਥੇ ਚਲਾ ਆਣੋ ਪੈਸੇ ਤੇ ਤੁਸੀਂ ਦਵਾਈ ਦਵਾਈ ਲੈ ਲਿਓ ਘਰ ਜਾ ਕੇ ਠੀਕ ਆ ਚਲੋ ਹਾਂ ਟੈਸਟ ਕਰਾਇਆ ਨਾ ਆਹੋ ਤੇ ਕੱਲ ਰੈਸਟ ਕਰ ਲਿਓ ਨਾ ਆਇਓ ਚਲ ਠੀਕ ਆ बापू आज लेट ही ना ओए आज ना थोड़ा काम ज्यादा पै गया पुत्र पैसे लेते आज आहो उन्होंने पैसे देते आ कल बीबी नाल गई ना बीबी ने उन्होंने कहता ही भी तुम इदा ना कराया करो भी ते पैसे उन्होंने देते पुत्र आज मैं ना आ गए आपा आगे बैठ जाओ आ की होया आज आज मम्मी ओथे चक्कर खा के डेग गए मम्मी की हो गया ही मैं ठीक रही बुखार होया ही बापू अज बिमार हो गई काम करती करती बापू तुम्हें नहीं किते भी जाना ना तुम्हें किते नहीं जाना मैं कल्ला सांभ लूंगा जिन्ना भी आउंदा 400-500 दिन दा आउंदा ना उन्ना काम सार लिया करांगे आपां ठीक है बीबी किते गई मैनूं दिओ नहीं लभण दी ओ बीबी लोहड़ी देण गई अपनी कुड़ी नूं सवेर दी दस के ते गई बापू तैनूं अगे नहीं कोल हैगे ते लोहड़ी लै के गई दस कोई गल नहीं लोहड़ी लै के चल गई उहनूं पता भी अहीं ओह लिया गया अपना सार ना ते उहनूं लोहड़ी नहीं पै गई हुण बीबी ते वी की करीए दस चल हालात अपने इदा ही रहने हम की कर सकते हैं गरीबी है चल बीबी तू जा आगे ना रेस्ट कर अगे बिमार हो दवाई मैं लै दिना तो बापू तू ही कपड़े कुपड़े चेंज कर ला ओ मैं की चेंज करना मैं इदा का रहना काम है जिदा का गल पिया गरीबी इदा ही रहनी है चल कोई गल नहीं हम कटने पैने तेन इदा ही हम बापू कोई नहीं आपे मालिक करूगा करूगा कृपा चंगा उन्हें ही करना वा चल बापू ठीक है मैं दवाई लिया चल ठीक है मैं फिर कपड़े धोला मैं अपना है